ਸਵੇਰੇ ਪਤਾ ਕਿੰਨਾ ਡਰਿਆ ਮੈਂ, ਹਾਂ ਖਾਣਾ ਪਾਦੀ ਓਏ ਬ੍ਰੋ, ਗੋਰੀਆ ਦਾ ਹੈਲੋਵੀਨ ਆ ਰਿਹਾ, ਉਦਣ ਹੀ ਆਪਣੀ ਦੀਵਾਲੀ ਆ, ਤੁਹਾਨੂੰ ਪਤਾ ਹੈ ਆਪ ਦੇ ਚੱਲਦੇ ਆ, ਚਲਾ ਕੇ ਬਟਨ ਦੱਬ ਕੇ ਦੇਖਾ। ਹੈਲੋ ਗਾਈਸ, ਵੈਲਕਮ ਬੈਕ ਟੂ ਯਰ ਯੂਟਿਊਬ ਚੈਨਲ। ਮਿੱਤਰੋ, ਦੋ ਤਿੰਨ ਦਿਨ ਤੋਂ ਮੈਂ ਇੰਨਾ ਬਿਜ਼ੀ ਸੀਗਾ ਨਾ, ਬਹੁਤ ਜ਼ਿਆਦਾ, ਕਾਫੀ ਦਿਨਾਂ ਤੋਂ ਮੈਂ ਮਤਲਬ ਜ਼ਿਆਦਾ ਬਿਜ਼ੀ ਚੱਲ ਰਿਹਾ ਸੀ, ਪਰ ਦੋ ਤਿੰਨ ਦਿਨ ਤੋਂ ਕਾਫੀ ਜ਼ਿਆਦਾ ਬਿਜ਼ੀ ਸੀਗਾ। ਅਤੇ ਅੱਜ ਮੈਂ ਪਹਿਲਾਂ ਸਵੇਰੇ ਕੰਮ 'ਤੇ ਗਿਆ 8 ਵਜੇ ਉੱਠ ਕੇ, 8 ਤੋਂ ਮੇਰੀ 4 ਸ਼ਿਫਟ ਸੀਗੀ, ਫਿਰ ਆਇਆ ਘਰ ਆਇਆ ਅਤੇ ਹੁਣ ਆਪਾਂ ਬਣਾਉਣ ਲੱਗੇ ਆ ਸਬਜ਼ੀ ਵਗੈਰਾ। ਅਤੇ ਦੇਖਿਓ ਮਿੱਤਰੋ, ਅੱਜ ਆਪਾਂ ਕੰਮ 'ਤੇ ਕੀ ਕੀਤਾ ਉਹ ਵੀ ਕਲਿੱਪਾਂ ਮੈਂ ਪਾਊਂਗਾ, ਸਾਰੀ ਕਲਿੱਪਾਂ ਦੇਖੋ ਪਹਿਲਾਂ ਤੁਸੀਂ। ਮਿੱਤਰੋ, ਕਰੋ ਚੈੱਕ ਕੇਕੜੇ, ਜਿਹਨੇ ਕਿੰਨਾ ਜਿਗਰੇ ਵਾਲਾ ਬੰਦਾ ਹੋਊਗਾ ਜਿਹਨੇ ਕੇਕੜੇ ਮਤਲਬ ਕਿ ਕੱਟ ਕੇ ਉਹਨਾਂ ਨੂੰ ਵਿੱਚੋਂ ਕੱਢਿਆ ਹੋਣਾ। ਮੇਰਾ ਕੰਮ ਸੀ ਮਿੱਤਰੋ ਬਟਰ ਲਾਉਣਾ ਟਰਿਆ, ਅਤੇ ਮੈਂ ਲਾਇਆ ਬਟਰ। ਬਟਰ ਲਾਉਣ ਤੋਂ ਬਾਅਦ ਮਿੱਤਰੋ ਮੈਂ ਕਰਤੀ ਪੈਕਿੰਗ ਇਹਨਾਂ ਦੀ, ਸਮਾਨ ਇਹਨਾਂ ਦੇ ਉੱਪਰ ਮਸਾਲਾ ਵਗੈਰਾ ਲਾ ਕੇ ਜਿਹੜੇ ਗੋਰੇ ਖਾਂਦੇ ਮਸਾਲੇ ਲਾਇਆ, ਸਾਰੀ ਟਰਿਆ ਨੂੰ ਤਿਆਰ ਕਰਕੇ ਰੱਖਿਆ ਮਸ਼ੀਨ ਦੇ ਵਿੱਚ। ਮਸ਼ੀਨ ਦੇ ਵਿੱਚ ਮਿੱਤਰੋ ਆਟੋਮੈਟਿਕ ਰੈਪ ਹੋ ਗਈ ਆ, ਆਹ ਦੇਖੋ ਮਿੱਤਰੋ ਆਟੋਮੈਟਿਕ ਕੰਨੀ ਚੜ੍ਹੀ, ਆਟੋਮੈਟਿਕ ਸਾਰਾ ਕੁਝ ਕੰਮ ਹੋ ਰਿਹਾ, ਪੈਕ ਪੂਕ ਲੱਗ ਗਿਆ। ਫਿਰ ਬਾਈ ਕੱਟਦੇ ਸੀ ਆਪਣਾ ਮੀਟ ਮੱਝ ਦਾ, ਮੈਂ ਕਿਹਾ ਬਾਈ ਬਣਾਉਂਦਾ ਵੀਡੀਓ, ਕਹਿੰਦਾ ਬਣਾਉਂਦਾ, ਕਹਿੰਦਾ ਇੱਧਰੋਂ ਬਣਾ ਜਾਂਦਾ ਸੋਹਣੇ। ਅਤੇ ਮੈਂ ਇੱਧਰੋਂ ਇਹਦੀ ਕਲਿੱਪ ਲਈ, ਨਾਲ ਨਾੜੀ ਨਾਲ ਮੈਂ ਕੱਟਤੀ ਮਿੱਤਰੋ ਮੱਛੀ, ਉਹ ਵੀ ਸਾਡੀ ਪਿੱਛੇ ਸੇਲ ਹੋ ਗਈ ਸੀ ਸਾਰੀ ਬਾਹਰ। ਕੱਟੀ ਨਾਲ ਕਹਿੰਦਾ ਮੈਂ ਤੇਰਾ ਚਾਕੂ ਤਿੱਖਾ ਕਰ ਦਿੰਦਾ, ਆ ਬਾਈ ਗੱਲਾਂ ਕਰਦੇ ਵੀ ਮੈਨੂੰ ਚਾਕੂ ਤਿੱਖਾ ਕਰਿਆ। ਮਿੱਤਰੋ, ਸਬਜ਼ੀ ਵਗੈਰਾ ਆਪਾਂ ਕੱਟ ਲਈਏ, ਕੱਟਣ ਤੋਂ ਬਾਅਦ ਆਪਾਂ ਨੂੰ ਜਾਣਾ ਪੈਣਾ ਫਰੈਸ਼ਕੋ, ਕਿਉਂਕਿ ਆਪਣੇ ਕੋਲ ਭਾਂਡੇ ਧੋਣ ਵਾਲਾ ਉਹ ਹੈ ਨਹੀਂ, ਜਗਾੜ ਜਿਹਾ ਜਿਹੜਾ ਹੁੰਦਾ ਉਹ ਵੀ ਲੈ ਕੇ ਆਉਣਾ ਪੈਣਾ। ਪਹਿਲਾਂ ਆਪਾਂ ਜਾ ਕੇ ਉਹ ਲਿਆਈਏ, ਫਿਰ ਆਪਾਂ ਆ ਕੇ ਆਪਣੀ ਸਬਜ਼ੀ ਕੱਟਦੇ ਹਾਂ, ਚੱਲਦੇ ਹੁਣ ਫਰੈਸ਼ਕੋ ਆ ਜਾਓ। ਮਿੱਤਰੋ, ਇਕੱਲਾ ਲੈਣ ਚੱਲੇ ਸੀਗੇ ਕੱਪੜੇ ਧੋਣ ਵਾਲਾ ਜਗਾੜ ਜਿਹਾ, ਅਤੇ ਕਿੰਨੇ ਲੋਕ ਲੈਣ ਚੱਲੇ ਆ? ਮਿੱਤਰੋ, ਗੋਰੀਆ ਦਾ ਹੈਲੋਵੀਨ ਆ ਰਿਹਾ, ਉਦਣ ਹੀ ਆਪਣੀ ਦੀਵਾਲੀ ਆ, ਤੁਹਾਨੂੰ ਪਤਾ ਹੈਲੋਵੀਨ ਕਿਉਂ ਮਨਾਇਆ ਜਾਂਦਾ, ਕਿਸੇ ਨੂੰ ਪਤਾ? ਮੱਖਣ ਵੀਰ ਨੇ ਐਵੇਂ ਹੂਟਰ ਚਲਾਤਾ ਉਹਦਾ। ਦੱਬਦੇ ਮਿੱਤਰਾ ਬਟਨ, ਬਟਨ ਬਾਰੇ ਦੱਸ, ਆ ਬਟਨ ਦੀ ਕੀ ਖਾਸੀਅਤ ਦੱਸ? ਕੋਈ ਲੋੜ ਨਹੀਂ, ਇੱਕ ਤੁਰ ਕੇ ਚਲਾਇਆ ਕਰੋ ਨਾਟਕ ਜੀ। ਮੱਖਣ ਵੀਰੇ, ਤੁਹਾਨੂੰ ਪਤਾ ਹੈਲੋਵੀਨ ਆਪਾਂ ਕਿਉਂ ਮਨਾਉਂਦੇ, ਗੋਰੇ ਕਿਉਂ ਮਨਾਉਂਦੇ ਤੁਹਾਨੂੰ ਪਤਾ? ਗੋਰੇ ਆ ਜਿਹੜਾ ਭੂਤ ਪ੍ਰੇਤ ਰੱਖਦੇ ਨਾ ਬਾਹਰ, ਭੂਤ ਪ੍ਰੇਤ, ਇਹਦਾ ਮਤਲਬ ਪਤਾ ਕੀ ਹੁੰਦਾ? ਇਹਦਾ ਮਤਲਬ ਹੁੰਦਾ ਕਿ ਆਪਣੇ ਪੂਰਜ ਜੋ ਮਰ ਮੁਰ ਜਾਂਦੇ ਇਹਨਾਂ ਦੇ ਪਰਿਵਾਰ ਦੇ ਵਿੱਚ, ਆਪਾਂ ਜਿਵੇਂ ਬਰਸੀ ਮਨਾਉਂਦੇ ਆ, ਉਹ ਬਣਾਉਂਦੇ ਮੱਡੀ ਖੇਤ ਕੂਤ ਬਣਾਉਂਦੇ ਹਨਾ, ਜਿੱਥੇ ਮੱਥਾ ਮੁੱਥਾ, ਹਾਂ ਮੱਥਾ ਮੁੱਥਾ ਟੇਕੀ ਦਾ, ਉਹ ਨਹੀਂ ਜਿਵੇਂ ਆਪਾਂ ਬਰਸੀ ਨਹੀਂ ਬਣਾਈ ਦੀ ਸਾਲ ਦੇ ਬਾਅਦ, ਹੈ ਉਵੇਂ ਆ ਬਣਾਉਂਦੇ ਆ, ਕੀ ਕਹਿੰਦੇ ਇਹਨੂੰ, ਆ ਰੱਖ ਕੇ ਮਤਲਬ ਕਿ ਇਹਨਾਂ ਦੇ ਆਹ ਸੋਚਦੇ ਕਿ ਸਾਡੇ ਬੁੜੇ ਨਹੀਂ ਹੈਗੇ ਜੇ ਪੁਰਾਣੇ, ਉਹ ਬੁੜੇ ਆਉਂਗੇ। ਓਕੇ ਓਕੇ ਠੀਕ ਆ, ਆਪਣੇ ਨਾਲ ਹਿਸਾਬ ਆ, ਹਾਂ ਹੋਰ ਵੀ ਕੁਛ ਲਿਆਵਾਂਗੇ। ਮਿੱਤਰੋ, ਅਸੀਂ ਅਪਾਰਟਮੈਂਟਾਂ ਦੇ ਕੋਲੋਂ ਨਿਕਲਦੇ ਆ, ਤਾਂ ਕਿਹੜੀ ਕਹਿ ਜੀ ਮੈਗ ਆ ਗਈ ਆ, ਮੈਗੀ ਵਾਲੀ, ਹੋਰ ਆਲੂ ਮਟਰ, ਹੋਰ ਹੋਰ ਨਹੀਂ ਬਈ ਕੁਛ ਹੈਗਾ, ਦੋ ਤਿੰਨ ਸਾਨੂੰ ਸਮੈਲਾਂ ਵੀ ਆ ਗਈਆਂ ਵਧੀਆ ਵਧੀਆ, ਦੋ ਤਿੰਨ। ਮਿੱਤਰੋ, ਪਹੁੰਚ ਗਏ ਆਪਾਂ ਪਲਾਜ਼ੇ 'ਚ, ਹੁਣ ਚੱਲੀ ਖਿੱਚ ਦੀ ਫਰੈਸ਼ਕੋ, ਚੱਕੀ ਆਪਣਾ ਸਮਾਨ, ਫਿਰ ਚੱਲੀ ਕਰੇ ਵਾਪਸ। ਕੀ ਲਿਫਾਫਾ ਨੂੰ ਕੀ, ਇੱਕ ਬੋਤਲ ਹੀ ਫੜਨੀ ਆਪਾਂ। ਮਿੱਤਰੋ, ਮੱਖਣ ਵੀਰ ਨੇ ਮੂੰਹ 'ਤੇ ਲਾਉਣ ਵਾਲੀ ਦੋ ਲੈਣਾ ਸੀਗਾ ਕੁਛ ਜੁਗਾੜ ਜਿਹਾ, ਅਤੇ ਮੱਖਣ ਵੀਰ ਨੂੰ ਉਹ ਵੀ ਦਵਾ ਦਈਏ ਜੁਗਾੜ ਲੈਣਾ। ਮਿੱਤਰੋ, ਬ੍ਰਸ਼ ਦੇਖੋ, ਆਟੋਮੈਟਿਕ ਬ੍ਰਸ਼ ਆ, ਆਪਦੇ ਆਪ ਚੱਲਦੇ ਆ,
ਚਲਾ ਕੇ ਬਟਨ ਦੱਬ ਕੇ ਦੇਖਾ ਮਿੱਤਰੋ, ਮਾਰਤਾ ਮੱਖਣ ਵੀਰੇ ਨੇ ਦੋ ਚੀਜ਼ਾਂ ਦਾ ਸੌਦਾ, ਚੱਲੀ ਹੁਣ ਛੇ ਛੇਤੀ ਮਿੱਤਰੋ। ਐਨਕਾਂ ਮੈਨੂੰ ਸੋਹਣੀਆਂ ਲੱਗੀਆਂ ਨੇ, ਦੇਖਾ ਲਾ ਕੇ ਛੇ ਲੱਗ ਰਹੀਆਂ ਨੇ, ਵਧੀਆ ਨਹੀਂ ਬੋਲੀ ਜਾਂਦਾ ਮਿੱਤਰੋ। ਪਵਾਰੀ ਅਸੀਂ ਫਰੈਸ਼ ਕੋ ਮਿੱਤਰੋ, ਸੇਬ ਲੈ ਲਿਆ ਆਪਾਂ 2 ਕਿਲੋ ਕੀ ਕੋਫਤੇ ਪਕੌੜੇ ਕੋਫਤੇ ਵਾਲੇ ਲੌਕੀ ਕਿੱਥੇ ਦੇਖ ਲਾ ਮਿੱਤਰੋ, ਸਮਾਨ ਦੇਖੋ ਤੁਸੀਂ ਚੱਕ ਲਿਆ, ਕੰਮ ਦੀ ਚੀਜ਼ ਉਹ ਨਹੀਂ ਚੱਕੀ, ਉਹ ਹਾਲੇ ਚੱਕਿਆ ਨਹੀਂ ਹੈਗਾ ਜੋ ਲੈਣਾ ਆਏ ਸੀਗੇ। ਆਂਡੇ ਤਾਂ ਹੈਗੇ ਨਾ ਆਪਣੇ ਹਾਲੇ ਮਿੱਤਰੋ, ਲੈਣ ਕੀ ਆਏ ਸੀ ਦੇਖਿਓ, ਲੈਣ ਆਏ ਸੀ $5 ਦੀ ਚੀਜ਼, $80 ਦੀ ਗਰੋਸਰੀ ਹੋ ਗਈ ਸਾਡੀ। ਖਰਚਾ ਵਾਲਾ ਕੀ ਖਾਣਾ ਤਾਂ ਹੈਗਾ ਹੀ ਆ ਹੁਣ ਮਿੱਤਰੋ। ਲੈਣ ਗਏ ਸੀ ਅਸੀਂ ਆਹ ਡਿਸ਼ਵਾਸ਼ਰ ਦੇ 2 ਲੈ ਕੇ ਆ ਗਏ ਆ, ਤੁਸੀਂ ਸਬਜ਼ੀ ਬਣਾਈ ਆਪਾਂ ਆਪਣੀ। ਧੰਨਵਾਦ ਮਿੱਤਰੋ ਤੁਹਾਡਾ ਬਹੁਤ ਬਹੁਤ ਸਾਡਾ ਬਲੌਗ ਦੇਖਣ ਵਾਸਤੇ। ਅਗਰ ਤੁਹਾਨੂੰ ਲੱਗਦਾ ਕਿ ਅਸੀਂ ਆਹ ਚੀਜ਼ ਐਡਿਟ ਕਰੀਏ, ਹੈ ਨਾ ਆਹ ਚੀਜ਼ ਆਪਾਂ ਚੇਂਜ ਕਰ ਸਕਦੇ, ਜ਼ਰੂਰ ਤੁਸੀਂ ਦੱਸਿਓ, ਕਮੈਂਟ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹੁਣ ਆਇਆ ਕਰੂੰਗੇ ਰੋਜ਼ ਵੀਡੀਓ, ਰੋਜ਼ ਡੇਲੀ। ਕੱਲ੍ਹ ਆਪਾਂ ਜਾਣਾ ਆਪਣਾ ਜਿੰਮ ਤੋਂ ਸਬਸਕ੍ਰਿਪਸ਼ਨ ਲੈਣ, ਅਤੇ ਹੋਰ ਆਪਾਂ ਦੋ ਤਿੰਨ ਕੰਮ ਕਰਨੇ ਆ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਓਕੇ ਜੀ।